ਰੇਸਿੰਗ ਜਿਹੜੀ ਤੁਸੀਂ ਮਿੱਤੀ ਪਿੰਡਾਂ ਚੋਂ ਇਕੱਠੀ ਕੀਤੀ ਉਹ ਦਿਖਾਓਗੇ? ਬਿਲਕੁਲ ਦਿਖਾਵਾਂ। ਕਿਹੜੇ ਕਿਹੜੇ ਬਾਰਡਰ ਤੇ ਜਾਣਾ? ਮੈਂ 3 ਬਾਰਡਰਾਂ ਤੇ ਜਾਣਾ ਜੀ, ਟਿਕਰੀ, ਠੀਕ ਹੈ, ਸਿੰਘੂ ਤੇ ਆਪਣੇ ਰਾਜਸਥਾਨ ਦਾ ਬਾਰਡਰ ਹੈ ਆਪਣੇ ਸ਼ਾਹਜਹਾਂਪੁਰ ਬਾਰਡਰ, ਉਹਦੇ ਵਾਸਤੇ ਮੈਂ 3 ਥੈਲੀਆਂ ਤਿਆਰ ਕੀਤੀਆਂ। ਇਹਨਾਂ ਥੈਲੀਆਂ ਦੇ ਵਿੱਚ ਸਾਡੇ ਸਾਧੂ ਸ਼ਹਿਰ ਏਰੀਏ ਦੇ ਪਿੰਡਾਂ ਦੀ ਮਿੱਟੀ ਹੈ, ਇਹਨੂੰ ਲਿਜਾ ਕੇ ਮੈਂ ਉੱਥੇ ਭੇਟ ਸਰੂਪ ਬਾਰਡਰਾਂ 'ਤੇ ਆਪਣੇ ਹਾਜ਼ਰੀ ਲਵਾਂ। ਅੱਛਾ, ਮੈਨੂੰ ਇੱਕ ਗੱਲ ਹੋਰ ਦੱਸੋ ਵੀ ਚਲੋ ਆਹ ਸਾਈਕਲ ਮੈਨੂੰ ਤਾਂ ਲੱਗਦਾ ਵੀ ਇਹ ਮੈਨੂੰ ਤਾਂ ਚਲਾਉਣਾ ਬਾਈ ਇਹ ਬਹੁਤ ਔਖਾ ਲੱਗਦਾ, ਅਤੇ ਆਮ ਬੰਦਾ ਵੀ ਜੇ ਕੋਈ ਗੱਭਰੂ ਆ ਤਾਂ ਉਹਨੂੰ ਵੀ ਚਲਾਉਣਾ ਤਾਂ ਔਖਾ ਲੱਗੂਗਾ ਹੀ, ਇਹ ਗੱਲ ਤਾਂ ਸੱਚ ਹੈ ਵੀ ਐਡੇ ਐਡੇ ਤਾਂ ਟਾਇਰ ਚੌੜੇ ਇਹਦੇ। ਇਹ ਤੁਸੀਂ ਫਿਰ ਇਹ ਕਿਵੇਂ ਚੁਣਿਆ, ਇਹਨੂੰ ਭਾਰਾ ਨਹੀਂ ਚੱਲਦਾ, ਜਾਂ ਕਿਵੇਂ ਪ੍ਰੈਕਟਿਸ ਕੀਤੀ, ਜਾਂ ਪਹਿਲਾਂ ਤੁਸੀਂ ਚਲਾਉਣ 'ਚ? ਮੈਂ ਸਪੋਰਟਸਮੈਨ ਹਾਂ ਜੀ ਇੱਕ, ਅਤੇ ਆਮ ਵੀ ਆਪਣੇ ਸਾਧੂ ਸ਼ਹਿਰ ਦੇ ਵਿੱਚ ਸ਼ਹੀਦ ਭਗਤ ਸਿੰਘ ਕਲੱਬ ਉਹਦਾ ਮੈਂ ਅਧਿਆਕਸ਼ ਪਦ ਦੀ ਸੇਵਾ ਹੈਗੀ ਹੈ ਮੇਰੀ, ਅਤੇ ਅਮੂਮਨ ਹੀ ਮੈਂ ਉੱਥੇ ਇਹ ਰੈਲੀਆਂ ਸਾਈਕਲ ਦੇ ਨਾਲ ਜਿਵੇਂ ਹੁਸੈਨੀ ਵਾਲੇ ਬਾਰਡਰ ਤੋਂ ਭਗਤ ਸਿੰਘ ਜੀ ਦੇ ਜਨਮ ਦਿਨ 'ਤੇ 150-200 ਕਿਲੋਮੀਟਰ ਦੀਆਂ, ਜਾਂ ਪਿੰਡਾਂ ਦੇ ਵਿੱਚ ਨਸ਼ਿਆਂ ਤੋਂ ਸੁਚੇਤ ਕਰਨ ਵਾਸਤੇ ਨੌਜਵਾਨਾਂ ਨੂੰ, ਜਾਂ ਸਿਹਤ ਦੇ ਪ੍ਰਤੀ ਜਾਗਰੂਕ ਕਰਨ ਵਾਸਤੇ ਇਹ ਰੈਲੀਆਂ ਮੈਂ ਕੱਢਦਾ ਰਹਿੰਦਾ, ਉਸ ਕਰਕੇ ਪ੍ਰੈਕਟਿਸ ਹੋਈ ਵੀ ਹੈ ਅਤੇ ਕੋਈ ਐਡਾ ਕੋਈ ਖਾਸ ਮੈਨੂੰ ਮਹਿਸੂਸ ਨਹੀਂ ਹੋ ਰਿਹਾ। ਅੱਜ ਕਿੰਨੇ ਕਿਲੋਮੀਟਰ ਕੱਢਤਾ ਆਪਾਂ? ਤਕਰੀਬਨ 70 ਕਿਲੋਮੀਟਰ ਕੱਢਤਾ। ਠੀਕ ਹੈ, ਹੁਣ ਪੜਾਅ ਅੱਗੇ ਸਰਸੇ ਹੈ ਜੀ। ਸਰਸੇ ਕਿਸਾਨ ਵੀਰੋ, ਜਿੰਨੇ ਵੀ ਬੀਨੇ ਆ ਦੇਖੋ, ਕਿਸੇ ਨੇ ਸਟੇਜ 'ਤੇ ਹਾਜ਼ਰੀ ਲਵਾਈ, ਕਿਸੇ ਨੇ ਬੋਲ ਕੇ ਲਵਾਈ, ਕਿਸੇ ਨੇ ਲਿਖ ਕੇ ਲਵਾਈ, ਕਿਸੇ ਨੇ ਕਵਿਤਾ ਗਾਈ, ਕਿਸੇ ਨੇ ਢਾਡੀ ਗਾਇਆ, ਕਿਸੇ ਨੇ ਗਾਣਾ ਕੱਢਿਆ, ਸੇਵਾ ਸਾਡਾ ਸੰਯੋਗ ਹੈ। ਇਹ ਵੀ ਇੱਕ ਬਹੁਤ ਵੱਡਾ ਸੰਯੋਗ ਹੈ ਅਤੇ ਬਹੁਤ ਵੱਡਾ ਉੱਦਮ ਹੈ। ਨਸ਼ਿਆਂ ਤੋਂ ਰਹਿਤ ਰਹਿ ਕੇ ਐਡਾ ਉਪਰਾਲਾ ਕਰਕੇ, ਮੈਨੂੰ ਤਾਂ ਵੇਖ ਕੇ ਡਰ ਹੁੰਦਾ, ਸੱਚ ਹੈ ਇਹ, ਐਡਾ ਸਾਈਕਲ ਮੇਰੇ ਕੋਲ ਤਾਂ ਨਹੀਂ ਚੱਲਦਾ। ਪਰ ਦੇਖੋ ਕਿੰਨੇ ਸਾਡੇ ਵੀਰ ਆ ਜਿਹੜੇ ਪਿੰਡਾਂ ਦੇ ਵਿੱਚੋਂ ਲੱਗੇ ਪਏ ਆ, ਮੈਂ ਹੁਣ ਲਾ ਲਵਾਂ ਤਾਂ ਬਹੁਤ ਲਿਸਟ ਲੰਮੀ ਹੋ ਜੂਗੀ। ਭਾਨੇ ਸਿੱਧੂ ਹੋਣੀ ਵੀਰ ਹੋਣੀ ਹੈ, ਭਾਈ ਲੱਖੇ ਹੋਣੀ ਹੈ, ਸਾਡੇ ਜਿੰਨੇ ਮੋਢੀ ਆ, ਜਿੰਨੀਆਂ ਵੀ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ ਮੈਂ ਕਹਿ ਸਕਦਾ ਵੀ ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ ਆ ਜਾਂਦੀਆਂ, ਸਾਰਿਆਂ ਦਾ ਉਪਰਾਲਾ। ਜਿੰਨਾ ਜਿੰਨਾ ਸੰਯੋਗ ਜਿਵੇਂ ਜਿਵੇਂ ਬਣਦਾ, ਮੇਰਾ ਵੀਰ ਵੱਧ ਤੋਂ ਵੱਧ ਦਿਓ ਹਾਜ਼ਰੀ ਸਾਡੀ ਦਿੱਲੀ ਚਾਹੀਦੀ। ਬਾਈ ਨੇ 40 ਪਿੰਡ ਕੱਢਿਆ ਤਾਂ ਅਸੀਂ ਸਮਰੱਥਾ ਰੱਖੀਏ 40 ਜਣਿਆਂ ਨੂੰ ਤਾਂ ਕਮ ਸੇ ਕਮ ਲੈ ਕੇ ਚੱਲੀਏ, ਉਹ 40 ਹੋਰ 40ਆਂ ਨੂੰ ਲੈ ਕੇ ਜਾਣ, ਅਸੀਂ ਉੱਥੇ ਸੰਯੋਗ ਦਈਏ। ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਕਿਸੇ ਦੇ, ਮਾਫੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਕਿਹੜੀ ਥਾਂ ਤੋਂ ਆਏ ਪਹਿਲਾਂ? ਸਾਧੂ ਸ਼ਹਿਰ, ਗੰਗਾ ਨਗਰ ਜ਼ਿਲ੍ਹਾ, ਰਾਜਸਥਾਨ। ਠੀਕ, ਤੁਹਾਨੂੰ ਪਿੰਡ ਆਪਣਾ ਦੁੱਧੇ ਵਾਲਾ ਜੀ? ਠੀਕ ਹੈ, ਇਹ ਜਿਹੜਾ ਤੁਹਾਡੇ ਮਿੱਟੀ ਇਕੱਠੀ ਕਰਕੇ ਤੁਰਨ ਦਾ ਖਿਆਲ ਆਇਆ, ਕਿਵੇਂ ਆਇਆ ਅਤੇ ਕਿੰਨੇ ਪਿੰਡਾਂ 'ਚੋਂ ਲੈ ਕੇ? ਬਾਈ ਐਂ ਹੈ ਵੀ ਇਹ ਮਸਲਾ ਮਿੱਟੀ ਦਾ ਹੈ ਜੀ, ਜਿਹੜਾ ਅੰਦੋਲਨ ਚੱਲ ਰਿਹਾ। ਸਾਡੇ ਭਰਾ 8 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਆ ਜੀ, ਉਹ ਸਾਡੇ ਤੋਂ ਮਿੱਟੀ ਖੋਹਣਾ ਚਾਹੁੰਦੇ ਆ ਅਤੇ ਅਸੀਂ ਮਿੱਟੀ ਦੇਣੀ। ਸੱਚ, ਉਹ ਮਿੱਟੀ ਦਾ ਵਪਾਰ ਕਰਨਾ ਚਾਹੁੰਦੇ ਆ ਅਤੇ ਅਸੀਂ ਇਸੇ ਮਿੱਟੀ 'ਚੋਂ ਜ਼ਿੰਦਗੀਆਂ ਗਾਉਣੇ। ਇਹ ਮਿੱਟੀ ਸਾਡੀ ਮਾਂ, ਸਾਡੇ ਪੁਰਖਿਆਂ ਨੇ ਇਹਨੂੰ ਉਪਜਾਊ ਬਣਾ ਕੇ ਅਤੇ ਆਪਣੇ ਖੇਤੀਯੋਗ ਕੀਤਾ। ਅਤੇ ਮੈਂ ਸਾਧੂ ਸ਼ਹਿਰ ਏਰੀਆ ਦੇ ਤਕਰੀਬਨ 40 ਪਿੰਡਾਂ ਦੇ ਵਿੱਚ ਗਿਆ, ਉੱਥੋਂ ਸੰਗਤ ਤੋਂ ਮਿੱਟੀ ਇਕੱਠੀ ਕੀਤੀ, ਨਾਲ ਹੀ ਉਹਨਾਂ ਨੂੰ ਮੈਂ ਪ੍ਰੇਰਿਤ ਕੀਤਾ, ਆਪਣੇ ਜਿਹੜੇ ਭਰਾ ਇੱਥੇ 8 ਮਹੀਨਿਆਂ ਤੋਂ ਬੈਠੇ ਆ ਵੀ ਆਪਾਂ ਚੱਲੀਏ ਦਿੱਲੀ, ਚੱਲੀਏ ਦਿੱਲੀ, ਚੱਲ ਕੇ ਉਹਨਾਂ ਦਾ ਸਾਥ ਦਈਏ ਤਾਂ ਕਿ ਏਕਤਾ ਬਣਾ ਕੇ ਆਪਾਂ ਇਸ ਹੰਕਾਰੀ ਸਰਕਾਰ ਨੂੰ ਝੁਕਾ ਸਕੀਏ। ਏਕਤਾ ਨਾਲ ਹੀ ਅੰਦੋਲਨ ਜਿੱਤੇ ਜਾਂਦੇ ਆ ਅਤੇ ਆਪਾਂ ਇਸ ਅੰਦੋਲਨ ਨੂੰ ਜਿਹੜਾ ਇਹ ਸੰਘਰਸ਼ ਜਿਹੜਾ ਚੱਲੀ ਜਾਂਦਾ ਉੱਥੇ ਸਾਡੇ ਭਰਾ ਲੜੀ ਜਾਂਦੇ ਆ, ਇਹਨੂੰ ਜਿੱਤ ਕੇ ਘਰਾਂ ਨੂੰ ਵਾਪਸ ਆਈਏ। ਪਿੰਡ ਪਿੰਡ ਜਾ ਕੇ ਮੈਂ ਲੋਕਾਂ ਨੂੰ ਬੇਨਤੀਆਂ ਕੀਤੀਆਂ